ਤੁਸੀਂ ਵੇਖ ਰਹੇ ਹੋ ਛਨਕਾਟਾ ਟੀਵੀ ਨਿਊਜ਼। ਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਛਨਕਾਟਾ ਟੀਵੀ। ਸੋ ਪਿੰਡ ਰੱਤੋਵਾਲ ਜ਼ਿਲ੍ਹਾ ਲੁਧਿਆਣਾ ਅੱਜ ਅਸੀਂ ਆਏ ਹਾਂ ਜੀ, ਜਿੱਥੇ ਕਿਸਾਨ ਭਰਾਵਾਂ ਦੇ ਵੱਲੋਂ ਮੋਦੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਅੱਜ ਰੋਸ ਮਾਰਸ ਕੀਤਾ ਜਾ ਰਿਹਾ ਜੀ। ਉਹ ਰੋਸ ਮਾਰਸ ਦੇ ਵਿੱਚ ਸਾਡੇ ਜਿਹੜੇ ਵੀਰ ਇਕੱਠੇ ਹੋਏ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ। ਸੋ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਜੀ। ਸੋ ਟਰੈਕਟਰਾਂ ਦੇ ਉੱਤੇ ਮਣਾ ਮੂਹੀ ਇਕੱਠ ਸਾਡੇ ਕਿਸਾਨ ਭਰਾਵਾਂ ਦਾ। ਸੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀ। ਆਹ ਦੇਖੋ ਜਾਂਦੇ ਸਾਡੇ ਯੋਧੇ, ਤੇਰਾ ਕਾਲਾ ਜੋ ਕਾਨੂੰਨ ਤੋੜ ਰੱਖ ਦੇਣਾ ਹੈ, ਦਿੱਲੀ ਜਾ ਕੇ ਮੋਦੀ ਹੁਣ ਚੱਕ ਦੇਣਾ ਹੈ। ਸੋ ਨਾਰੇ ਲਾਏ ਕਿਸਾਨ ਮਜ਼ਦੂਰ ਯੂਨੀਅਨ ਏਕਤਾ ਜਿੰਦਾਬਾਦ। ਸਾਡੇ ਭਰਾਵਾਂ ਵੱਲੋਂ ਰੋਸ ਮਾਰਚ ਕੀਤਾ ਗਿਆ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾਈਆਂ ਜਾਣ। ਪਿੰਡ ਰੱਤੋਵਾਲ ਜ਼ਿਲ੍ਹਾ ਲੁਧਿਆਣਾ ਤੋਂ ਜੀ, ਤੁਸੀਂ ਦੇਖ ਰਹੇ ਹੋ ਛਨਕਾਟਾ ਟੀਵੀ। ਹਾਂਜੀ ਦੋਸਤੋ, ਅੱਜ ਅਸੀਂ ਪਹੁੰਚੇ ਹਾਂ ਪਿੰਡ ਰੱਤੋਵਾਲ ਜ਼ਿਲ੍ਹਾ ਲੁਧਿਆਣਾ ਜੀ, ਜਿੱਥੇ ਕਿਸਾਨ ਭਰਾਵਾਂ ਦੇ ਵੱਲੋਂ ਵਿਚਾਰ ਰੈਲੀ ਕੱਢੀ ਗਈ ਆ ਜੀ। ਸੋ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਆਓ ਲੈ ਚੱਲਦੇ ਹਾਂ ਤੁਹਾਨੂੰ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਆਪਣਾ? ਮੇਰਾ ਕਾਮਰੇਡ ਸਰਬਜੀਤ ਹੈ, ਬਲਾਕ ਪ੍ਰਧਾਨ। ਅੱਜ ਆਪ ਵਿਚਾਰ ਰੈਲੀ ਤੁਸੀਂ ਕੱਢੀ ਆ ਜੀ, ਕੀ ਰੋਸ ਮਾਰਚ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹੋ? ਇਹਦੇ ਵਿੱਚ ਅਸੀਂ ਇਹੀ ਹੈ ਵੀ ਜਿਹੜੀ 26 ਤਰੀਕ ਨੂੰ ਅਸੀਂ ਕਿਸਾਨਾਂ ਨੇ ਦਿੱਲੀ ਦੇ ਵਿੱਚ ਅਸੀਂ ਟਰੈਕਟਰ ਮਾਰਚ ਕਰਨਾ, ਉਹਦੇ ਸੰਬੰਧ ਸਾਰਿਆਂ ਨੂੰ ਅਸੀਂ ਜਾਗਰੂਕ ਕੀਤਾ ਵੀ ਸਾਰੇ ਮੇਰੇ ਜਿੰਨੇ ਵੀ ਕਿਸਾਨ ਭਰਾ ਨੇ ਜਿਹੜੇ ਨਹੀਂ ਅਜੇ ਵੀ ਜਾਗੇ ਵੀ ਉਹ ਜਾਗਣ, ਅਤੇ 26 ਤਰੀਕ ਨੂੰ ਦਿੱਲੀ ਚੱਲ ਕੇ ਜਿਹੜੀ ਅਸੀਂ ਟਰੈਕਟਰ ਦੀ ਰੋਸ ਰੈਲੀ ਕੱਢਣੀ ਆ ਉਹਦੇ ਵਿੱਚ ਸ਼ਾਮਿਲ ਹੋਣਾ। ਦੇਖੋ ਜੀ, ਬਹੁਤ ਵੱਡਾ ਮੈਸੇਜ ਆ ਸਾਡੇ ਸਾਰੇ ਕਿਸਾਨ ਭਰਾਵਾਂ ਨੂੰ ਵੀ ਉੱਥੇ ਪਹੁੰਚੋ ਜੀ ਦਿੱਲੀ 26 ਤਰੀਕ ਨੂੰ, ਬਹੁਤ ਮਣਾ ਮੂਹੀ ਇਕੱਠ ਕਰਨਾ। ਸੋ ਇੱਕ ਹੋਰ ਸਾਡਾ ਵੀਰ ਕਿਸਾਨ ਆਗੂ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕਿਨੋਂ ਆ ਵੀਰ ਜੀ? ਸੁਖਵਿੰਦਰ ਸਿੰਘ ਚਾਹਲ ਜੀ। ਜੀ, ਅੱਜ ਜੋ ਤੁਸੀਂ ਮਹਾਮੂਹੀ ਇਕੱਠ ਕੀਤਾ ਜੀ ਆ ਰੋਸ ਰੇ ਮਾਰਚ ਦਾ, ਹਾਂਜੀ, ਇਹਦੇ ਬਾਰੇ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਇਹੀ ਦੇਣਾ ਚਾਹੁੰਦੇ ਆ ਜੀ, ਜੋ ਸੈਂਟਰ ਸਰਕਾਰ ਨੇ 3 ਕਾਲੇ ਕਾਨੂੰਨ ਬਣਾਏ ਆ ਸਾਡੀ ਹੋਂਦ ਨੂੰ ਖਤਮ ਕਰਨ ਲਈ, ਉਹਨਾਂ ਨੂੰ ਰੱਦ ਕਰਾਉਣ ਦੇ ਲਈ ਅਸੀਂ 26 ਤਰੀਕ ਨੂੰ ਜੋ ਦਿੱਲੀ ਦੇ ਵਿੱਚ ਇਕੱਠ ਕਰਨਾ, ਉਹਦੇ ਲਈ ਅਸੀਂ ਪਿੰਡ ਦੇ ਵਿੱਚ ਅੱਜ ਲੋਕਾਂ ਨੂੰ ਜਾਗਰੂਕ ਕੀਤਾ ਵੀ ਵੱਧ ਤੋਂ ਵੱਧ ਆਪਾਂ 23 ਤਰੀਕ ਨੂੰ ਟਰੈਕਟਰਾਂ ਦਾ ਕਾਫਲਾ ਲੈ ਕੇ ਅਤੇ ਗੱਡੀਆਂ ਦਾ ਵੱਡਾ ਕਾਫਲਾ ਲੈ ਕੇ ਉੱਥੇ ਰੋਸ ਪ੍ਰਦਰਸ਼ਨ ਕਰਨ ਲਈ ਦਿੱਲੀ ਦੇ ਵਿੱਚ ਸ਼ਾਮਿਲ ਹੋਣਾ ਜਾ। ਹਾਂਜੀ। ਸੋ ਦੋਸਤੋ, ਮੈਂ ਤੁਹਾਡਾ ਆਪਣਾ ਰਾਜੂ ਧਾਲੀਆ, ਤੁਸੀਂ ਦੇਖ ਰਹੇ ਹੋ ਛਨਕਾਟਾ ਟੀਵੀ। ਤੁਸੀਂ ਵੇਖ ਰਹੇ ਹੋ ਛਨਕਾਟਾ ਟੀਵੀ ਨਿਊਜ਼।